ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਸ਼ਾਹਿਦ ਸ਼ਬੀਰ ਆਫੀਸ਼ੀਅਲ ਐਂਡ ਰੇਡੀਓ ਸਾਡੇ ਵਾਲਾ 87.8 FM ਰੇਡੀਓ ਆਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ। ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਸੈਂਟਰਲ ਪੰਜਾਬ ਦੇ ਬਹੁਤ ਜ਼ਿਆਦਾ ਸਾਰੇ ਸ਼ਹਿਰਾਂ ਦੀ ਹਿਸਟਰੀ ਵਿਖਾਈ, ਇਤਿਹਾਸ ਵਿਖਾਇਆ, ਔਰ ਉਸ ਤੋਂ ਬਾਅਦ ਅਸੀਂ ਤੁਹਾਨੂੰ ਲੈ ਗਏ ਨੌਰਥ ਵੈਸਟ ਦੇ ਅੰਦਰ। ਨੌਰਥ ਵੈਸਟ ਦੇ ਅੰਦਰ ਤੁਹਾਨੂੰ ਅਸੀਂ ਸਾਰੇ ਕਲਿਊਸ ਜਿੰਨੇ ਵੀ ਸਨ ਉਹ ਤੁਹਾਨੂੰ ਦਿਖਾਏ। ਫਿਰ ਅਸੀਂ ਤੁਹਾਨੂੰ ਲੈ ਗਏ KPK ਪ੍ਰੋਵਿੰਸ ਵਿੱਚ, ਲਾਸਟ ਬਾਉਂਡਰੀਜ਼ ਆਫ ਜਿਹੜੀ ਹੈ ਕਾਬਲ ਜਾਂ ਅਫਗਾਨਿਸਤਾਨ ਦੇ ਨਾਲ, ਉਸ ਜਗ੍ਹਾ 'ਤੇ ਲੈ ਗਏ। ਅਸੀਂ ਤੁਹਾਨੂੰ ਉੱਥੇ ਦੀ ਟ੍ਰੈਡੀਸ਼ਨਲ ਫੂਡਸ ਦਿਖਾਈਆਂ, ਲੇਕਿਨ ਜਿੱਥੇ ਵੀ ਗੱਲ ਆਉਂਦੀ ਹੈ ਦੇਸ ਪੰਜਾਬ ਦੀ, ਅਤੇ ਉੱਥੇ ਦੀਆਂ ਜਿਹੜੀਆਂ ਟੇਸਟ ਆਫ ਫੂਡ ਜਿਹੜਾ 200 ਈਅਰਸ ago ਹਿਊਗਲ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੇ ਵਿੱਚ ਬੁਲਾਇਆ, ਅਤੇ ਬੁਲਾ ਕੇ ਉਹਨਾਂ ਨੂੰ ਸਿਰਫ 2 ਦਿਨ ਵਾਸਤੇ ਮਹਿਮਾਨ ਰੱਖਿਆ, ਅਤੇ ਹੋਇਆ ਕੀ ਸੀ ਕਿ 2 ਦਿਨ ਜਦੋਂ ਮੱਖਣ ਖਿਲਾਇਆ, ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਟ੍ਰੈਡੀਸ਼ਨਲ ਫੂਡ ਖਵਾਏ, ਔਰ ਉਸ ਤੋਂ ਬਾਅਦ ਸਾਰਾ ਦਿਨ ਉਹ ਸੁੱਤਾ ਰਹਿੰਦਾ ਸੀ। ਸਾਰਾ ਦਿਨ ਜਦੋਂ ਸੁੱਤਾ ਰਹਿੰਦਾ ਸੀ, ਅਤੇ 2 ਦਿਨ ਬਾਅਦ ਮਹਾਰਾਜਾ ਨੇ ਕਿਹਾ ਕਿ ਕੋਈ ਟਹਿਲ ਸੇਵਾ ਦੇ ਵਿੱਚ ਕੋਈ ਫਰਕ ਤਾਂ ਨਹੀਂ ਆਇਆ, ਅਤੇ ਉਹਨੇ ਕਿਹਾ ਕਿ ਇਸ ਮੇਰੀ ਜਿਹੜੀ ਕੌਮ ਹੈ, ਜਿਹੜੀ ਹੈ ਪੰਜਾਬੀ ਕੌਮ ਹੈ, ਇਹਦੇ ਬਾਰੇ 'ਚ ਕੋਈ ਰਿਮਾਰਕਸ ਦਿਓ। ਅਤੇ ਉਹਨਾਂ ਨੇ ਅੱਗੋਂ ਪਤਾ ਕੀ ਕਿਹਾ, ਇਹ ਕੌਮ ਸਦੀਆਂ ਤੱਕ ਗੈਂਜੀ ਰਹੇਗੀ, ਖਾਂਦੀ ਪੀਂਦੀ ਰਹੇਗੀ, ਔਰ ਹੱਸਦੀ ਵੱਸਦੀ ਰਹੇਗੀ। ਮੀਨ ਕਿ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ, ਯਾਨੀ ਕਿ ਪੰਜਾਬ ਨੂੰ ਸੱਤੇ ਖੈਰਾਂ ਜਦੋਂ ਤੱਕ ਕੀ ਕਹਿੰਦੇ ਨੇ 5 ਦਰਿਆਵਾਂ ਦੇ ਪਾਣੀ ਜਿਹੜੇ ਨੇ ਉਹ ਵਗਦੇ ਰਹਿਣਗੇ, ਤੈਂ ਤੱਕ ਪੰਜਾਬ ਵੀ ਜਿਹੜਾ ਉਹ ਆਬਾਦ ਰਹੇਗਾ। ਇਨਸ਼ਾਅੱਲਾ ਵਸੇ ਮੇਰਾ ਪੰਜਾਬ, ਔਰ ਪੰਜਾਬ ਦੇ ਟ੍ਰੈਡੀਸ਼ਨਲ ਫੂਡਸ, ਜਿਹਨੂੰ ਕਿ ਸਭ ਤੋਂ ਜ਼ਿਆਦਾ ਜਿਹਨੂੰ ਕਹਿ ਲਵੋ ਕਿ ਦੇਸ ਪੰਜਾਬ ਦੀ ਟ੍ਰੈਡੀਸ਼ਨਲ ਫੂਡ ਜਿਹੜੀ ਹੈ, ਜਿਹਨੂੰ ਕਿ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਕੀ ਕਹਿੰਦੇ ਨੇ, ਆਪਣਾ ਪੰਜਾਬ ਹੋਵੇ, ਠੀਕ ਹੈ, ਲੱਸੀ ਦਾ ਗਿਲਾਸ ਅਤੇ ਨਾਲ ਸਰ੍ਹੋਂ ਦਾ ਸਾਗ ਹੋਵੇ, ਅਤੇ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ। ਵੈਸੇ ਤਾਂ ਪਹਿਲੇ ਟ੍ਰੈਂਡ ਜਿਹੜਾ ਸੀ ਉਹ ਘੱਟ ਹੀ ਨਜ਼ਰ ਆਉਂਦਾ ਸੀ, ਲੇਕਿਨ ਹੁਣ ਅੱਜ ਕੱਲ੍ਹ ਅਗਰ ਤੁਸੀਂ ਦੇਖਦੇ ਹੋ, ਤੁਸੀਂ ਚੱਲੋ ਤੁਹਾਨੂੰ ਫੂਡ ਸਟ੍ਰੀਟਸ ਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਸਟਾਲ ਮਿਲਦਾ। 2014 'ਚ ਮੇਰੀ ਪਹਿਲੀ ਰਿਕਾਰਡਿੰਗ ਆਈ ਸੀ ਟ੍ਰੈਡੀਸ਼ਨਲ ਫੂਡਸ ਦੇ ਬਾਰੇ 'ਚ, ਅਤੇ ਕਾਫੀ ਦੋਸਤਾਂ ਦੀ ਡਿਮਾਂਡ ਸੀ ਕਿ ਤੁਸੀਂ ਜਿਸ ਵੇਲੇ ਕੋਈ ਵੀ ਡਿਸਕਵਰੀਜ਼ ਕਰਨ ਵਾਸਤੇ ਜਾਂਦੇ ਹੋ ਤਾਂ ਤੁਸੀਂ ਟ੍ਰੈਡੀਸ਼ਨਲ ਫੂਡਸ ਜਿਹੜੀਆਂ ਨੇ ਉਹਨਾਂ ਦੇ ਮੁਤਲਕ ਵੀ ਗੱਲ ਕੀਤਾ ਕਰੋ। ਅਤੇ ਚਲੋ ਮੈਂ ਹਾਜ਼ਰ, ਹਮਾਰੇ ਖਾਨੇ ਹਮਾਰੀ ਪਹਿਚਾਨ, ਮੇਰਾ ਇੱਕ ਪ੍ਰੋਗਰਾਮ ਸੀ ਪੂਰਾ, ਅਤੇ ਬਸ ਕਹਿ ਲਓ ਕਿ ਕੰਟਰੈਕਟ ਖਤਮ ਅਤੇ ਗੱਲਾਂ ਖਤਮ ਹੋ ਜਾਂਦੀਆਂ ਨੇ, ਅਤੇ ਜਦੋਂ ਨਵੇਂ ਕੰਟਰੈਕਟ ਮਿਲਦੇ ਨੇ ਤਾਂ ਫਿਰ ਨਵੀਆਂ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨੇ। ਅਤੇ ਅਸੀਂ ਗੱਲ ਕਰ ਰਹੇ ਸੀ ਲੱਸੀ ਦੀ, ਔਰ ਨਾਲ ਦੀ ਨਾਲ ਅਸੀਂ ਮੱਕੀ ਦੀ ਰੋਟੀ ਔਰ ਸਰਸੋਂ ਦੇ ਸਾਗ ਦੀ ਗੱਲ ਕਰ ਰਹੇ ਸੀ। ਇਹ ਤੁਸੀਂ ਦੇਖ ਸਕਦੇ ਹੋ ਇੱਥੇ ਸਾਗ ਪੁਆਇੰਟ ਦੇ ਨਾਮ ਦੇ ਉੱਤੋਂ, ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲੇ ਦੱਸਿਆ ਕਿ ਜਿਸ ਤਰ੍ਹਾਂ ਕੋਰਨਰ ਪਲਾਓ ਪਲਾਓ ਰੈਸਟੋਰੈਂਟ ਜਿਹੜਾ ਹੈ ਉਹਦੇ ਉੱਤੇ ਅਵੇਲੇਬਲ ਜਿਹੜੀਆਂ ਸੀ ਤੁਹਾਨੂੰ, ਅਸੀਂ ਨੌਨ ਵੈਜ ਆਪਸ਼ਨ ਜਿਹੜਾ ਸੀ ਉਹਦੇ ਮੁਤਲਕ ਅਸੀਂ ਤੁਹਾਨੂੰ ਪੂਰੀ ਡਿਟੇਲ ਦਿੱਤੀ ਇਹਨਾਂ ਕੋਲ ਨੌਨ ਵੈਜ ਆਪਸ਼ਨ ਦੇ ਵਿੱਚ ਕੀ ਹੈ। ਇੱਥੇ ਤੁਹਾਨੂੰ ਮਿਲੇਗਾ ਪਿਓਰ ਵੈਜ ਆਪਸ਼ਨ, ਕਿ ਸਮਨ ਡੋਂਟ ਵਾਂਟ ਟੂ ਈਟ ਅ ਮੀਟ ਔਰ ਐਨੀਥਿੰਗ ਲਾਈਕ ਆ ਗੋਟ ਐਂਡ ਚਿਕਨ ਲਾਈਕ ਦਿਸ, ਸੋ ਯੂ ਕੈਨ ਈਟ ਦ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਔਰ ਨਾਲ ਹੋਏਗਾ ਅਚਾਰ ਦੇ। ਇਹ ਤੁਸੀਂ ਦੇਖ ਸਕਦੇ ਹੋ ਇਹਦੇ ਬਿਲਕੁਲ ਜੀ, ਇਹਦੇ ਅੰਦਰ ਪਰੀਆਂ ਪਿਆ ਹੋਇਆ, ਔਰ ਉਸ ਤੋਂ ਬਾਅਦ ਇਹਨੂੰ ਇੱਥੇ ਤੜਕਾ ਲਾ ਕੇ ਅਤੇ ਇਹਨਾਂ ਰੋਟੀ ਦੇ ਨਾਲ ਸਰਵ ਕੀਤਾ ਜਾਂਦਾ, ਔਰ ਫਿਰ ਪਾਇਆ ਜਾਂਦਾ ਇੱਕ ਛੋਟੀ ਰਕਾਵੀ ਦੇ ਅੰਦਰ, ਰਕਾਵੀ ਦੇ ਅੰਦਰ ਪਾ ਕੇ, ਔਰ ਫਿਰ ਨਾਲ ਤੁਸੀਂ ਸਰਵ ਕਰ ਸਕਦੇ ਹੋ ਲੱਸੀ ਦਾ ਗਲਾਸ ਕਰ ਸਕਦੇ ਹੋ। ਮੀਨ ਕਿ ਟ੍ਰੈਡੀਸ਼ਨਲ ਫੂਡਸ ਜਿਹੜੀਆਂ ਨੇ ਅਗਰ ਕੋਈ ਇੰਜੋਏ ਕਰਨਾ ਚਾਹੁੰਦਾ, ਕਿਧਰੇ ਨਾ ਕਿਧਰੇ ਕਹਿੰਦੇ ਨੇ ਕਿ ਬੰਦੇ ਨੂੰ ਠਰਕ ਹੋਵੇ ਤਾਂ ਪੂਰਾ ਹੋ ਹੀ ਜਾਂਦਾ, ਅਤੇ ਨਾਲ ਦੀ ਨਾਲ ਹੀ ਲੱਗਾ ਹੋਇਆ ਤੰਦੂਰ, ਅਗਰ ਤੁਸੀਂ ਉਹ ਖਾਣਾ ਚਾਹੁੰਦੇ ਹੋ ਪਲੀਜ਼ ਫੋਕਸ ਇਟ। ਤੁਸੀਂ ਇਸ ਵਾਸਤੇ ਅਗਰ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਆਪਣੀ ਮਨਪਸੰਦ ਤੁਸੀਂ ਕਹਿ ਸਕਦੇ ਹੋ, ਤੁਹਾਨੂੰ ਤੰਦੂਰੀ ਰੋਟੀ ਵੀ ਜਿਹੜੀ ਹੈ ਬਿਲਕੁਲ ਲੰਗਰ ਸਟਾਈਲ ਦੀ ਜਿਹੜੀ ਹੈ ਉਹ ਤੁਹਾਨੂੰ ਮਿਲ ਸਕਦੀ ਹੈ। ਤੰਦੂਰ ਹੋ ਰਿਹਾ ਤਿਆਰ, ਕਿਉਂਕਿ ਇਸ ਪਰ ਰਿਕੁਆਇਰਮੈਂਟ ਉਸੇ ਵੇਲੇ ਜਿਹੜੀ ਹੈ ਰੋਟੀ ਉਹ ਤਿਆਰ ਕਰਕੇ ਜਿਹੜੀ ਹੈ ਉਹ ਲਾਈ ਜਾਂਦੀ ਹੈ, ਔਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਉਹਨਾਂ ਨੇ ਵੱਡਾ ਸਾਰਾ ਚੰਗੇਰ ਰੱਖਿਆ ਹੋਇਆ, ਚੰਗੇਰ ਦੇ ਵਿੱਚ ਜਿਹੜਾ ਹੈ ਕਿ ਰੋਟੀ ਜਿਹੜੀ ਹੈ ਲਾ ਕੇ ਉਹਨੂੰ ਉਹਦੇ ਵਿੱਚ ਪਾ ਦਿੱਤਾ ਜਾਂਦਾ। ਯੂ ਆਰ ਵਾਚਿੰਗ ਰੇਡੀਓ ਸਾਡੇ ਵਾਲਾ 87.8 FM ਰੇਡੀਓ ਆਕਲੈਂਡ ਨਿਊਜ਼ੀਲੈਂਡ ਤੋਂ ਦੇਖ ਰਹੇ ਹੋ ਤੁਸੀਂ। ਔਰ ਅਸੀਂ ਅੱਜ ਆਏ ਹੋਏ ਹਾਂ ਕਮੇਟੀ ਚੌਕ ਰਾਵਲਪਿੰਡੀ ਦੇ ਅੰਦਰ। ਰਾਵਲਪਿੰਡੀ ਨੌਰਥ ਵੈਸਟ ਪੰਜਾਬ ਦਾ ਇੱਕ ਸੈਂਟਰਲੀ ਕਹਿ ਲਓ ਤੁਸੀਂ ਸਿਟੀ ਹੈ ਕਿ ਜਿਹਦੇ ਵਿੱਚ
ਬਹੁਤ ਜ਼ਿਆਦਾ ਅਟਰੈਕਸ਼ਨ ਹੈ। ਨੌਰਥ ਵੈਸਟ ਬਹੁਤ ਵੱਡਾ ਏਰੀਆ ਔਰ ਉਹਦੀ ਸਾਰੀ ਪੱਟੀ ਜਿਹੜੀ ਹੈ ਉਹਦਾ ਮਰਕਜ਼ ਜਿਹੜਾ ਉਹ ਹੈ ਰਾਵਲਪਿੰਡੀ, ਕਿਉਂਕਿ ਵੈਸੇ ਤਾਂ ਮਰਕਜ਼ ਜਿਹੜਾ ਹੈ 200 ਈਅਰਸ ਸੀਗੋ ਜਦੋਂ ਖਾਲਸਾ ਪੰਥ ਇੱਥੇ ਕਬਜ਼ਾ ਕਰਦਾ ਅਤੇ ਉਸ ਤੋਂ ਬਾਅਦ ਜਿਹੜਾ ਹੈ ਇਸ ਜਗ੍ਹਾ ਦਾ ਜਿਹੜਾ ਨਾਮ ਬੋਲਣਾ ਸ਼ੁਰੂ ਹੁੰਦਾ ਔਰ ਫਿਰ ਬ੍ਰਿਟਿਸ਼ ਅੰਪਾਇਰ ਦਾ ਹੈੱਡਕੁਆਰਟਰ ਔਰ ਨੋਟ ਇਸ ਪਾਕਿਸਤਾਨ ਦਾ। ਠੀਕ ਹੈ ਜੀ, ਅਸੀਂ ਪਹਿਲੀ ਰੋਟੀ ਨਿਕਲਣ ਦਾ ਇੰਤਜ਼ਾਰ ਕਰਾਂਗੇ। ਲਓ ਜੀ, ਇਹ ਖਮੀਰ ਚੱਲ ਰਿਹਾ ਜੀ। ਖਮੀਰੀ ਰੋਟੀ ਜਿਹੜੀ ਹੈ, ਬਸ ਦੋ ਕਿਸਮ ਦੀ ਰੋਟੀ ਤਿਆਰ ਹੁੰਦੀ ਹੈ, ਇੱਕ ਨੂੰ ਖਮੀਰ ਕਿਹਾ ਜਾਂਦਾ ਔਰ ਦੂਸਰੀ ਨੂੰ ਪਤੀਰ ਕਿਹਾ ਜਾਂਦਾ, ਯਾਨੀ ਕਿ ਤੰਦੂਰੀ ਰੋਟੀਆਂ ਜਿਹੜੀਆਂ ਨੇ, ਕੁਲਚਾ ਟਾਈਪ ਜਿਹਨੂੰ ਕਿਹਾ ਜਾਂਦਾ। ਲਓ ਜੀ, ਐਨਾਦਰ ਰੋਟੀ। ਠੀਕ ਹੈ ਜੀ, ਓਕੇ। ਉਸ ਤੋਂ ਬਾਅਦ ਇੱਥੇ ਮਿਲੇਗਾ ਤੁਹਾਨੂੰ ਮਿਲਕਸ਼ੇਕ ਵੀ ਮਿਲਦਾ, ਔਰ ਸ਼ਾਮ ਦੇ ਟਾਈਮ ਦੇ ਉੱਤੇ ਤੁਸੀਂ ਅਗਰ ਤੁਸੀਂ ਦੇਖਦੇ ਹੋ ਤਾਂ ਬਹੁਤ ਜ਼ਿਆਦਾ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਉਹ ਖੁੱਲ੍ਹਦੀਆਂ ਨੇ ਔਰ ਉਹਨਾਂ ਦੇ ਉੱਤੇ ਖੂਬ ਰੌਣਕ ਲੱਗਦੀ ਹੈ। ਇਸ ਤੋਂ ਬਾਅਦ ਅਸੀਂ ਜਾਵਾਂਗੇ, ਤੁਹਾਨੂੰ ਦਿਖਾਵਾਂਗੇ ਫਿਸ਼ ਪੁਆਇੰਟਸ ਦੇ ਵਿੱਚ ਕਿ ਫਿਸ਼ ਪੁਆਇੰਟ ਦੇ ਉੱਤੇ ਲੋਕ ਕਿਸ ਤਰੀਕੇ ਨਾਲ ਜਿਹੜਾ ਉਹ ਫਿਸ਼ਿਸ ਜਿਹੜੀਆਂ ਨੇ ਉਹ ਖਾ ਰਹੇ ਨੇ। ਸਰਸੋਂ ਦਾ ਸਾਗ, ਲੱਸੀ, ਮੱਕੀ ਔਰ ਨਾਲ ਦੀ ਨਾਲ ਦੇਖੋ ਪਿਓਰ ਵੈਜ ਆਪਸ਼ਨ ਦੇ ਵਿੱਚ ਤੁਸੀਂ ਇਸ ਵੇਲੇ ਜਿਹੜਾ ਚੱਲ ਰਿਹਾ ਕਹਿ ਲਓ ਤੁਸੀਂ ਕਿ ਇਹਨਾਂ ਦਾ ਮੈਂਗੋ ਜਿਹੜੀ ਹੈ, ਮੈਂਗੋ ਲੱਸੀ ਵੀ ਹੈ ਔਰ ਮੈਂਗੋ ਜਿਹੜਾ ਉਹਦੇ ਇਹਨਾਂ ਦਾ ਮਿਲਕਸ਼ੇਕ ਵੀ ਹੈ। ਯੂ ਕੈਨ ਇੰਜੋਏ ਐਨੀਥਿੰਗ ਐਜ਼ ਯੂ ਲਾਈਕ। ਠੀਕ ਹੈ ਜੀ, ਓਕੇ, ਰੱਬ ਰੱਖਾ ਜੀ, ਫਿਰ ਮਿਲਦੇ ਹਾਂ। ਹਾਂ ਬਿਲਕੁਲ, ਅੱਗੇ ਚਾਟੀ ਵੀ ਹੈ ਔਰ ਚਾਟੀ ਬੜੀ ਖੂਬਸੂਰਤ ਲੱਗੀ ਹੋਈ ਹੈ ਇਹਨਾਂ ਦੀ। ਰੱਬ ਰੱਖਾ ਜੀ, ਐਂਡ ਯੂ ਵਾਚਿੰਗ ਟ੍ਰੈਡੀਸ਼ਨਸ ਆਫ ਪੰਜਾਬ।